सदा मेहरबाना सबना दे अधारी सदबख्शिंद सदा मेहरबाना सबना दे अधारी नानक दास संत पाछे परे ओ राह ले ओ ए बारी गुरु अमरदास जी बख्श रे गुरु अमरदास जी सारे बोलो गुरु अमर बोले गोरे तुम दाते ठाकुर प्रतपालक नायक खसम हमारे निमख निमख तुम ही प्रतपालो हम बारिक तुमरे धारे जेवा कवन गुण कहिए कवन गुण कहिए बेसुमार बेअंत स्वामी तेरो अंत न के नहीं लइए कोट पराध हमारे खंडवा अनेक विधि समझावो हमें अज्ञान अल्प मत थोड़ी तुम अपन बिरद तुमरी शरण तुम्हारी आशा तुम ही सजन
ਸੁਹੇਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੂੰ ਹੀ ਸਜਨ ਸੁਹੇਲੇ ਰੱਖ ਰੱਖਣ ਘਾਰ ਦਿਆਲਾ ਨਾਨਕ ਘਰ ਕੇ ਗੋਲੇ ਨਾਨਕ ਘਰ ਕੇ ਗੋਰੇ ਅਮਰਦਾਸ ਜੀ ਬਖਸ਼ ਲੈ ਗੋਰੇ ਅਮਰਦਾਸ ਜੀ ਬਖਸ਼ ਲੈ ਗੋਰੇ ਅਮਰਦਾਸ ਬੋਲੇ ਗੋਰਿਆ ਗੱਲਾਂ ਕਰਿਓ ਪਹਿਲਾਂ ਹੀ ਨਾ ਗੱਲਾਂ ਹਾਂ ਗੁਰੂ ਅਮਰਦਾਸ ਜੀ ਬਖਸ਼ ਲੈ ਅਮਰਦਾਸ ਜੀ ਬਖਸ਼ ਸਾਰੀ ਸੰਗਤ ਗੋਰਿਆ ਵਾਹ ਅਸੀਂ ਖੱਤੇ ਬਹੁਤ ਕਮਾ ਬੰਦੇ ਅੰਤ ਨ ਭਰਵਾ ਅੰਤ ਨ ਭਰਵਾ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵੜ ਗੁਣਗਾ ਹਾਂ ਪਾਪੀ ਵੜ ਗੁਣਗਾ ਹਰ ਜੀਓ ਲੇਖੇ ਵਾਰ ਨ ਆਵਈ ਤੂੰ ਬਖਸ਼ ਮਿਲਾਵਣ ਤੂੰ ਬਖਸ਼ ਮਿਲਾਵਣ ਗੁਰ ਤੁੱਠੇ ਹਰ ਪ੍ਰਭ ਮਿਲਿਆ ਸਭ ਕੇਲ ਵੇਖ ਘੱਟ ਵਿਕਾ ਸਭ ਕੇਲ ਵੇਖ ਘੱਟ ਜਿਨ ਹਰ ਹਰ ਨਾਮ ਧਿਆਇਆ ਜਨ ਨਾਨਕ ਤਿਨ ਜੈਕਾ ਅਸੀਂ ਖੱਤੇ ਬਹੁਤ ਕਮਾਉਂਦੇ ਖੱਤੇਦਾਰ ਦੇ ਪਾਪ ਗੁਰੂ ਅਮਰਦਾਸ ਜੀ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਰਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵੱਡ ਗੁਨਹਗਾਰ ਗੁਰੇ ਅਮਰਦਾਸ ਕੋਈ ਸ਼ਰਮ ਨਾ ਕਰੇ ਬਹੁਤਾ ਟਾਈਮ ਨਹੀਂ ਲਾਉਣਾ ਗੁਰੂ ਅਮਰਦਾਸ ਜੀ ਬਖਸ਼ ਲੈ ਗੁਰੂ ਅਮਰਦਾਸ ਜੀ ਬਖਸ਼ ਲੈ ਗੁਰੂ ਅਮਰ ਵਾਹ ਹਾਂ ਅਪਰਾਧੀ ਗੁਨਾਗਾਰ ਹਾਂ ਬੇਮੁਖ ਮੰਦਾ ਚੋਰ ਯਾਰ ਜੁਆਰ ਹਾਂ ਪਰ ਘਰ ਜੋ ਬੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਕਿਰਤ ਗਣ ਮੈਂ ਕੋ ਨਾ ਰੱਖਦਾ ਵਿਸ਼ਵਾਸ ਘਾਤੀ ਕਿਰਤ ਗਣ ਮੈਂ ਕੋ ਨਾ ਰੱਖਦਾ ਸਿਮਰ ਮੁਰੀਦਾ ਢਾਡੀਆਂ ਉਹ ਸਿਮਰ ਮੁਰੀਦਾ ਢਾਡੀਆਂ ਸਤ ਗੁਰ ਬਖਸ਼ੰਦਾ ਗੁਰ ਅਮਰਦਾਸ ਜੀ ਬਖਸ਼ ਲੈ ਗੁਰ ਅਮਰਦਾਸ ਜੀ ਬਖਸ਼ ਲੈ ਗੁਰ ਅਮਰ ਆਹਾ
गुर अमरदास जी बख्श ले, गुर अमरदास जी बख्श ले, सारी संगत गुर अमर बाबा वाह
आवाज नरम करन लगे हैं तो आड़ी आवाज देखनी सारे आवाज कीर्तन दरबार बच्चियां दे सारे समागम एदे तो बाद किदा डरे होमे दा पर आ पढ़ाई करनी है सब कुछ करन तो बाद मन इत्थे रखना गुरु अमरदास महाराज बख्शे दे खाते चो मेरे वरके पाड़ दे मैनू बख्श लई ये पढ़ाई है गुरु नानक दे घर दी तुसी जलंधर च कदी नोट किता होवे वैसे किसी बंदे नूं मिलो तो कई बारी उन्हों कोई गल पुछो कोई पता लगा आ होया उहदा हुकम है जी उहदा भाणा है जी इहो जिहा दम कदी ना मारियो आखो सतनाम बख्शिश मंगे हो बख्शिश
ਕੋਈ ਕੋਈ ਸਮਝ ਰਿਹਾ ਹੋਏਗਾ। ਹਰ ਵੇਲੇ ਬਖਸ਼ੀਸ਼ ਮੰਗਣੀ, ਅੱਠ ਦਸ ਦਿਨ ਪਹਿਲੇ ਜਿਹੜੀ ਅੰਮ੍ਰਿਤਸਰ ਨਵੀਂ ਸੜਾਂ ਬਣ ਰਹੀ ਹੈ ਉਹਦਾ ਲੈਂਟਰ ਸੀ 1000 ਬੋਰੀ ਦਾ, 9:30 ਟਾਈਮ ਸੀ ਅਰਦਾਸ ਦਾ ਲੈਂਟਰ ਦੀ ਸ਼ੁਰੂਆਤ ਕਰਨੀ। ਪੌਣੇ ਕੁ 10 ਪਹੁੰਚ ਗਿਆ ਅਰਦਾਸ, ਅਤੇ ਅਜੇ ਮਸ਼ੀਨਾਂ ਫਿੱਟ ਹੋ ਰਹੀਆਂ ਸੀ। ਉਹ ਕਹਿਣ ਲੱਗਿਆ ਜੀ ਅਜੇ ਘੰਟਾ ਲੱਗ ਜਾਣਾ ਮਸ਼ੀਨਾਂ ਫਿੱਟ, ਜਿਨ੍ਹਾਂ ਨੇ ਮਟੀਰੀਅਲ ਉੱਤੇ ਸੁੱਟਣਾ ਪਾ ਕੇ। ਲੈਂਟਰ ਵੀ ਵੱਡਾ ਸੀ, ਸ਼ਾਮ ਤੋਂ ਪਹਿਲੇ ਮੁਕੰਮਲ ਵੀ ਕਰਨਾ, ਅਤੇ ਜਿਹਦੀ ਜ਼ਿੰਮੇਵਾਰੀ ਹੈ ਠੇਕੇਦਾਰ ਮੇਰੇ ਸਾਹਮਣੇ ਆ ਗਿਆ। ਮੈਂ ਕਿਹਾ ਠੇਕੇਦਾਰ ਜੀ, ਇਹ ਮਸ਼ੀਨਾਂ ਸ਼ਾਮੀ ਫਿੱਟ ਕਰਾਉਣੀਆਂ ਸੀ, ਵੀ 9:30 ਸੀ, 10 ਵੱਜਣ ਵਾਲੇ ਅਤੇ ਘੰਟਾ ਹੋਰ 11:30 ਵੱਜ ਜਾਣੇ ਸ਼ੁਰੂ ਹੁੰਦੇ ਆ। ਹੁਣ ਉਹਦੇ ਮੂੰਹ 'ਚੋਂ ਕੀ ਨਿਕਲਿਆ, ਉਹਦਾ ਭਾਣਾ ਹੈ ਜੀ ਆਖੋ ਸਤਨਾਮ। ਸਿਰਫ ਆਹ ਗੱਲ ਸਮਝਿਓ ਮੈਂ ਜਿਹੜੀ ਕਹਿ ਰਿਹਾ, ਉਹਦਾ ਹੁਕਮ ਹੈ ਜੀ। ਮੈਂ ਹੱਥ ਜੋੜੇ ਹੋਏ, ਮੈਂ ਕਿਹਾ ਇਹ ਪੜ੍ਹਾਈ ਬੜੀ ਔਖੀ ਹੋ, ਇਹ ਬੜੀ ਔਖੀ ਹੋ। ਸਿੱਖ ਨੇ ਹਰ ਵੇਲੇ ਬਖਸ਼ਿਸ਼ ਮੰਗਣੀ ਹੈ, ਹਰ ਵੇਲੇ ਕਿਰਪਾ ਮੰਗਣੀ ਹੈ ਮਹਾਰਾਜ। ਹਰ ਗੱਲ 'ਤੇ ਕਹਿ ਦਈਏ ਭਾਣਾ ਇਹ ਬੜਾ ਔਖਾ, ਜੋ ਅੱਗੇ ਲਾ ਦੇਵੇ ਤਾਂ ਪਤਾ ਲੱਗ ਜਾਂਦਾ ਫਿਰ ਕੀ ਬੀਤਦੀ ਹੈ। ਭਾਈ ਗੁਰਦਾਸ ਜੀ ਉਹਨਾਂ ਨੇ ਦੇਖੋ, ਭਾਈ ਗੁਰਦਾਸ ਜੀ ਦਾ ਕਿੰਨਾ ਨਾਂ ਹੈ। ਭਾਈ ਗੁਰਦਾਸ ਜੀ ਨੇ ਵਾਰ ਉਚਾਰੀ ਵਾਰ, ਜਿਹੜੀ ਵਾਰ ਉਚਾਰਦੇ ਸੀ 6ਵੇਂ ਪਾਤਸ਼ਾਹ ਨੂੰ ਦਿਖਾਉਂਦੇ ਸੀ, ਉਸ ਵਾਰ ਦੇ ਖੀਰਲੇ ਬਚਨ ਸੀ, ਜੇ ਗੁਰੂ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਜੇ ਗੁਰੂ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਵੀ ਗੁਰੂ ਇਮਤਿਹਾਨ ਲਵੇ ਅਤੇ ਸਿੱਖ ਡਟ ਜੇ, ਇਹਦਾ ਅਰਥ ਹੈ। ਅਤੇ ਜਦੋਂ 6ਵੇਂ ਪਾਤਸ਼ਾਹ ਜੀ ਨੂੰ ਕਾਗਜ਼ ਦਿਖਾਇਆ ਅਤੇ 6ਵੇਂ ਪਾਤਸ਼ਾਹ ਕਹਿੰਦੇ ਭਾਈ ਇਹ ਤਾਂ ਮੈਂ ਆਖੋ ਸਤਨਾਮ, ਗੁਰੂ ਇਮਤਿਹਾਨ ਲਵੇ ਸਿੱਖ ਡਟ ਜੇ, ਉਹਦਾ ਭਾਣਾ ਜੀ ਉਹਦਾ ਹੁਕਮ ਹੈ। ਇਤਿਹਾਸ ਨੇ ਸਾਡੇ 6ਵੇਂ ਪਾਤਸ਼ਾਹ ਨੇ ਘੋੜੇ ਲੈਣ ਭੇਜਿਆ, ਉਹ ਕਿੱਥੇ ਗਏ ਸੀ ਘੋੜੇ, ਕਾਬਲ, ਨਾਲ ਖੱਚਰਾਂ ਅਤੇ ਮਾਇਆ ਭੇਜੀ, ਮੋਹਰਾਂ ਭੇਜੀਆਂ। ਘੋੜਿਆਂ ਦੀ ਬੋਲੀ ਦਿੱਤੀ ਭਾਈ ਗੁਰਦਾਸ ਜੀ ਨੇ, ਘੋੜੇ ਖਰੀਦ ਲਏ। ਇਹ ਤੁਹਾਡੇ ਜੋ ਕੋਈ ਮੰਡੀਆਂ 'ਚ ਵਿਗਲਾਨੀ ਜੀ ਨੂੰ ਤਾਂ ਪਤਾ ਮੰਡੀਆਂ ਦੀ ਬੋਲੀ ਦਾ, ਬੋਲੀ ਦਿਨੇ ਹੁੰਦੀ ਸ਼ਾਮ ਨੂੰ ਪੇਮੈਂਟਾਂ ਹੁੰਦੀਆਂ। ਮੈਂ ਵੀ ਰਿਹਾ 9 ਸਾਲ ਮੰਡੀਆਂ 'ਚ, ਢਾ ਬਸਤੀ ਰਾਮ ਅੰਮ੍ਰਿਤਸਰ। ਇਸ ਤਰ੍ਹਾਂ ਹੀ ਪਸ਼ੂਆਂ ਦੀ ਮੰਡੀ, ਘੋੜਿਆਂ ਦੀਆਂ ਬੋਲੀਆਂ, ਅਤੇ ਸ਼ਾਮ ਨੂੰ ਫਿਰ ਪੇਮੈਂਟਾਂ ਹੋਣੀਆਂ। ਘੋੜੇ ਖਰੀਦ ਲਏ ਅਤੇ ਹੁਣ ਪਠਾਨਾਂ ਨੂੰ ਪੇਮੈਂਟ ਦੇਣੀ ਸੀ। ਜਦੋਂ ਤੰਬੂ ਦੇ ਅੰਦਰ ਵੜੇ ਭਾਈ ਗੁਰਦਾਸ ਜੀ, ਵੀ ਜਿਹੜੀ ਖੱਚਰਾਂ 'ਤੇ ਬੋਰੀਆਂ ਲੈ ਕੇ ਆਏ ਹਾਂ, ਹੁਣ ਜਿਹੜੀ ਬੋਰੀ ਖੋਲ੍ਹਦੇ ਆ ਉਹ ਠੀਕਰੀਆਂ। ਗੁਰੂ ਨੇ ਕਲਾ ਵਰਤਾ ਤੀ, ਇਮਤਿਹਾਨ ਲੈ ਲਿਆ ਵੀ ਹੁਣ ਡਟ ਕੇ ਵਿਖਾ। ਸਿਰਫ ਸਮਝਿਓ
ਇਹ ਬੜੀ ਅੱਜ ਉੱਚੀ ਗੱਲ ਹੋ ਰਹੀ ਹੈ, ਕਿਹੜੀ ਪੜ੍ਹਾਈ ਕਰਨੀ, ਹਰ ਵੇਲੇ ਬਖਸ਼ੀਸ਼ ਮੰਗਣੀ, ਦਮ ਨਹੀਂ ਮਾਰਨੇ ਉਹਦਾ ਭਾਣਾ ਜੀ, ਉਹਦਾ ਹੁਕਮ। ਉਹ ਜਿਹੜੀ ਤੋੜਾ ਖੋਲ੍ਹਦੇ ਆ, ਭਾਈ ਅਮਨਦੀਪ ਸਿੰਘ ਜੀ ਜਥੇ ਸਮੇਤ ਪਹੁੰਚੇ ਜੀ ਆਇਆਂ ਨੂੰ, ਜੀ ਆਇਆਂ ਨੂੰ, ਕਈ ਜਗ੍ਹਾ ਤੋਂ ਡਿਊਟੀਆਂ ਨਿਭਾ ਕੇ ਆਪ ਜੀ ਦੇ ਦਰਸ਼ਨ ਕਰਨ ਪਹੁੰਚੇ। ਹੁਣ ਭਾਈ ਗੁਰਦਾਸ ਜੀ ਜਿਹੜਾ ਤੋੜਾ ਖੋਲ੍ਹਦੇ ਆ ਜੀ, ਠੀਕ ਰਹੀਆਂ, ਅਤੇ ਕਹਿੰਦੇ ਇਹ ਛੇਵੇਂ ਪਾਤਸ਼ਾਹ ਕੀ ਕੀਤਾ, ਮੋਹਰਾਂ ਦੀ ਜਗ੍ਹਾ ਠੀਕ ਰਹੀਆਂ, ਸਿਰਫ ਦ੍ਰਿਸ਼ਟੀ ਬਣ ਗਈ ਸੀ, ਉਸ ਪਰਚਾ ਪਾਤਾ। ਹੁਣ ਭਾਈ ਗੁਰਦਾਸ ਜੀ ਕਹਿੰਦੇ ਬਾਹਰ ਪਠਾਨ ਖੜ੍ਹੇ ਹੈ, ਉਹਨਾਂ ਕਹਿਣਾ ਇਹ ਘੋੜੇ ਹੁਣ ਕਿੱਥੇ ਵੇਚੀਏ, ਬੋਲੀ ਖਤਮ ਹੋ ਗਈ, ਲੈਣਦਾਰ ਨਿਕਲ ਗਏ, ਹੁਣ ਸਿਰਫ ਪੇਮੈਂਟ ਆਉਣੀ ਹੈ, ਇਹਨਾਂ ਛੱਡਣਾ ਨਹੀਂ ਵੀ, ਅਸੀਂ ਘੋੜੇ ਕਿੱਥੇ ਵੇਚੀਏ, ਮਾਇਆ ਦਿਓ, ਅਤੇ ਇੱਥੇ ਜਿਹੜਾ ਤੋੜਾ ਖੋਲ੍ਹਣਾ ਠੀਕ ਨਹੀਂ ਹੈ। ਅਤੇ ਭਾਈ ਗੁਰਦਾਸ ਜੀ ਨੇ ਤੰਬੂ ਪਿੱਛੋਂ ਦੀ ਪਾੜਿਆ ਅਤੇ ਨਿਕਲ ਗਏ। ਗੱਲ ਲੰਬੀ, ਮੈਂ ਸਿਰਫ ਇਸ਼ਾਰਾ ਦੇ ਰਿਹਾ, ਕਿੰਨਾ ਚਿਰ ਵਿਛੋੜਾ ਪਿਆ, ਫਿਰ ਜਦੋਂ ਛੇਵੇਂ ਪਾਤਸ਼ਾਹ ਨੇ ਸੱਦਿਆ ਅਤੇ ਭਾਈ ਗੁਰਦਾਸ ਜੀ ਆਏ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਰੁਕਾ ਅੱਗੇ ਕਰਤਾ ਵੀ ਇਹ ਤੁਸੀਂ ਵਾਰ ਉਚਾਰੀ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਗੁਰੂ ਇਮਤਿਹਾਨ ਲਵੇ ਅਤੇ ਸਿੱਖ ਡਟ ਜੇ, ਉਹਦਾ ਭਾਉਣਾ ਜੀ, ਇਤਿਹਾਸ ਹੈ। ਜਦੋਂ ਇੰਨੀ ਗੱਲ ਕਹੀ, ਆਪ ਜੀ ਨੇ ਉਚਾਰਿਆ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਅਤੇ ਮਹਾਰਾਜ ਕਹਿੰਦੇ ਸਾਂਗ ਵਰਤਾਇਆ ਸੀ, ਫਿਰ ਡੱਟਣਾ ਸੀ, ਆਖੋ ਸਤਨਾਮ, ਕਿਉਂ ਤੰਬੂ ਪਾੜ ਕੇ ਭੱਜੇ। ਇਤਿਹਾਸ ਹੈ, ਭਾਈ ਗੁਰਦਾਸ ਜੀ ਨੇ ਦੂਜੀ ਵਾਰ ਉਚਾਰੀ, ਜਿਹਦੀ ਖੀਰਲੀ ਪੰਕਤੀ ਸੀ ਜੇ ਗੁਰ ਭਰਮਾਏ ਸਾਂਗ, ਸੁਣਿਓ ਧਿਆਨ, ਜੇ ਗੁਰ ਭਰਮਾਏ ਸਾਂਗ ਸਿੱਖ ਕਿਆ ਕਰੇ ਵਿਚਾਰਾ, ਆਖੋ ਸਤਨਾਮ, ਜੇ ਗੁਰੂ ਇਮਤਿਹਾਨ ਲੈਣ ਲੱਗ ਪਵੇ, ਸਿੱਖ ਵਿਚਾਰਾ ਕੁਝ ਨਹੀਂ ਕਰ ਸਕਦਾ, ਸਿੱਖ ਹਰ ਵੇਲੇ ਗੁਰੂ ਕੋਲੋਂ ਢਹਿ ਕੇ ਬਖਸ਼ਿਸ਼ ਮੰਗੇ, ਆਖੋ ਸਤਨਾਮ, ਦਮ ਨਾ ਮਾਰੇ ਉਹਦਾ ਭਾਣਾ। ਇਹ ਪੜ੍ਹਾਈ ਹੈ, ਅਸਲੀ ਕੀਰਤਨ ਦਰਬਾਰ ਹੈ ਵੀ, ਅਸਲੀ ਪੜ੍ਹਾਈ ਸਮਝਣੀ ਹੈ, ਹਰ ਵੇਲੇ ਉਹ ਨਿਆਸਰਿਆਂ ਦੇ ਆਸਰੇ ਕੋਲੋਂ ਆਸਰਾ ਮੰਗਣਾ, ਨਿਮਾਣਿਆਂ ਦੇ ਮਾਣ ਕੋਲੋਂ ਮਾਣ ਮੰਗਣਾ, ਨਿਤਾਣਿਆਂ ਦੇ ਤਾਣ ਕੋਲੋਂ ਤਾਣ ਮੰਗਣਾ। ਹੁਣ ਪਹਿਲੀ ਵਾਰ ਦੀ ਪੰਕਤੀ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਕਿੰਨਾ ਫਰਕ ਹੈ। ਜਿਹੜੀ ਫਿਰ ਬਾਅਦ 'ਚ ਵਾਰ ਉਚਾਰੀ, ਉਹਦੀ ਅਖੀਰਲੀ ਪੰਕਤੀ ਸੀ, ਜੇ ਗੁਰ ਭਰਮਾਏ ਸਾਂਗ ਸਿੱਖ ਕਿਆ ਕਰੇ ਵਿਚਾਰਾ, ਪਹਿਲੀ 'ਚ ਕੀ ਹੈ, ਗੁਰੂ ਇਮਤਿਹਾਨ ਲਵੇ ਸਿੱਖ ਡਟ ਜੇ, ਦੂਜੀ 'ਚ ਕੀ ਸੀ, ਜੇ ਗੁਰੂ ਇਮਤਿਹਾਨ ਲਵੇ ਸਿੱਖ ਵਿਚਾਰਾ ਕੁਝ ਨਹੀਂ ਕਰ ਸਕਦਾ, ਸਿੱਖ ਹਰ ਵੇਲੇ ਬਖਸ਼ੀਸ਼ ਮੰਗੇ, ਆਖੋ ਸਤਨਾਮ। ਸਾਰੀ ਸੰਗਤ ਉਹ ਹੈ ਹੀ ਨਿਤਾਣਿਆਂ ਦੇ ਤਾਣ ਨੇ, ਨਿਵਾਣਿਆਂ ਦੇ ਮਾਣ ਨੇ, ਅਤੇ ਉਹਨਾਂ ਦੇ ਕੋਲੋਂ ਸਾਰੀ ਸੰਗਤ ਮੇਰੇ ਲਈ ਵੀ ਆਪਣੇ ਲਈ ਵੀ। ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰ ਬੋਲੇ, ਗੁਰੂ ਅਮਰ ਆਹ ਓਹ ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰ ਵਾਹਿਗੁਰੂ 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 ਵਾਹਿ ਜੋੜ ਜੋ ਵਾਹਿਗੁਰੂ
ਬੜਾ ਪੜ੍ਹਾਈ ਕਰਿਓ ਮਾਨ ਕਰੂੰ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਹਮ ਅਪਰਾਧੀ ਸਦ ਭੁੱਲਦੇ ਸਦ ਭੁੱਲਦੇ ਹਮ ਅਪਰਾਧੀ ਸਦ ਭੁੱਲਦੇ ਤੁਮ ਬਖਸ਼ਣ ਹਾਰੇ ਤੁਮ ਬਖਸ਼ਣ ਹਾਰੇ ਗੁਰੂ ਅਮਰਦਾਸ ਜੀ ਬਖਸ਼ਿਸ਼ ਮੰਗਣ ਦੀ ਪੜ੍ਹਾਈ ਕਰੇ। ਇੱਕ ਸੱਜਣ ਨੇ ਮੈਨੂੰ ਸਵਾਲ ਕੀਤਾ ਸੀ, ਕਹਿੰਦੇ ਜੀ ਜੋ ਲੇਖਾਂ 'ਚ ਲਿਖਿਆ ਉਹ ਤਾਂ ਹੋਣਾ, ਫਿਰ ਆਪਾਂ ਇਹ ਕਿਉਂ ਬਖਸ਼ ਲੈ। ਫਿਰ ਦਾਸ ਨੇ ਉਹਨੂੰ ਸੁਕੇਤ ਮੰਡੀ ਦੇ ਰਾਜੇ ਵਾਲੀ ਕਥਾ ਸੁਣਾਈ। ਉਹ ਇੱਕ ਮਿੰਟ ਦੀ ਇਹ ਸੁਣ ਲਿਓ, ਫਿਰ ਭਾਈ ਅਮਨਦੀਪ ਸਿੰਘ ਜੀ ਵੀ ਫਿਰ ਇਸੇ ਸਾਜਾਂ 'ਤੇ 10-12 ਮਿੰਟ ਦਰਸ਼ਨ ਕਰਕੇ ਆਨੰਦ ਸਾਹਿਬ ਪੜ੍ਹਨਗੇ। ਸੁਕੇਤ ਮੰਡੀ ਦਾ ਰਾਜਾ ਆਇਆ ਦਰਬਾਰ ਸਾਹਿਬ ਦਰਸ਼ਨ ਕਰਨ, ਗੁਰੂ ਰਾਮਦਾਸ ਦੇ ਦਰ 'ਤੇ। ਅੰਦਰ ਸ਼ਬਦ ਲੱਗਾ ਸੀ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਲੇਖ ਨਹੀਂ ਮਿਟਦੇ ਜਿਹੜੇ ਕਰਤਾਰ ਨੇ ਲਿਖੇ। ਉਹਦੇ ਅੰਦਰ ਤਰੇੜ ਆ ਗਈ, ਤਰੇੜ ਤਰੇੜ ਕੀ ਆ ਗਈ, ਜੇ ਲੇਖ ਹੀ ਨਹੀਂ ਮਿਟਦੇ ਤਾਂ ਗੁਰੂ ਘਰ ਆਉਣ ਦਾ ਲਾਭ ਕੀ। ਆਖੋ ਸਤਨਾਮ, ਇਹ ਚੀਜ਼ਾਂ ਸਮਝਿਓ। ਉਹਨੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਤਾ, ਮਹਾਰਾਜ ਰਾਗੀ ਸਿੰਘ ਸ਼ਬਦ ਪੜ੍ਹ ਰਹੇ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਅਤੇ ਗੁਰੂ ਘਰ ਆਉਣ ਦਾ ਲਾਭ ਕੀ ਜੇ ਲੇਖ ਨਹੀਂ ਮਿਟਣੇ। ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕੀ ਜਵਾਬ ਦਿੱਤਾ, ਕੱਲ੍ਹ ਗੱਲ ਕਰਾਂਗੇ, ਕੱਲ੍ਹ ਆਈ ਕੱਲ੍ਹ ਗੱਲ ਕਰਾਂਗੇ। ਉਹ ਸੁਕੇਤ ਮੰਡੀ ਦੇ ਰਾਜੇ ਨੂੰ ਸੁਪਨਾ ਆਇਆ, ਸੁਪਨੇ 'ਚ ਕੀ ਵੇਖਦਾ, ਭੀਲਾਂ ਦੇ ਘਰ ਜਨਮ ਲਿਆ, ਭੀਲਾਂ ਦੇ 12 ਸਾਲ ਦਾ ਕਾਲ ਪੈ ਗਿਆ,
ਮੀਂਹ ਵਸਿਆ ਹੀ ਨਹੀਂ, 12 ਸਾਲ ਅੰਨ ਹੀ ਨਹੀਂ ਹੋਇਆ, ਦਰਖਤ 'ਤੇ ਚੜ੍ਹ ਕੇ ਪੀਲੂ ਖਾ ਰਿਹਾ। ਇਹ ਸੁਪਨਾ ਵੇਖਿਆ ਸਕੇਤ ਮੰਡੀ ਦੇ ਰਾਜੇ, ਪੀਲੂ ਹੁੰਦੇ ਕੋੜੇ ਯਾਰ ਵਰਗੇ, ਖਾਧੇ ਨਹੀਂ ਜਾਂਦੇ, ਅੰਨ ਹੈ ਹੀ ਨਹੀਂ ਅਤੇ ਪੀਲੂ ਖਾ ਰਿਹਾ ਦਰਖਤ 'ਤੇ ਚੜ੍ਹ ਕੇ, ਸੁਪਨਾ ਵੇਖ ਰਿਹਾ। ਦਰਖਤ ਦਾ ਟਾਂ ਟੁੱਟਾ ਅਤੇ ਡਿੱਗ ਪਿਆ, ਮੌਤ ਹੋ ਗਈ ਹੈ। ਮੌਤ ਹੋ ਗਈ ਅਤੇ ਜੰਮ ਲੈਣ ਆ ਗਏ, ਇਕਦਮ ਉੱਚੀ ਸਾਰੀ ਬੋਲਿਆ, ਉਹ ਜੰਮੋ ਮੈਨੂੰ ਤਾਂ ਗੁਰੂ ਅਰਜਨ ਦੇਵ ਜੀ ਨੇ ਸੱਦਿਆ, ਸਵੇਰੇ ਗੁਰੂ ਅਰਜਨ ਦੇਵ ਜੀ ਦਾ ਨਾਂ ਲਿਆ ਅਤੇ ਜੰਮ ਭੱਜ ਗਏ, ਸੁਪਨਾ ਟੁੱਟ ਗਿਆ। ਸਾਓ ਸਾਈ ਪਸੀਨਾ ਹੋਇਆ ਪਿਆ ਵੀ ਐਡਾ ਸੁਪਨਾ ਆਇਆ ਮੈਨੂੰ ਇਸ ਤਰ੍ਹਾਂ ਦਾ। ਇਸ਼ਨਾਨ ਪਾਣੀ ਕਰਕੇ ਜਦੋਂ ਦਿਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਿਲਿਆ, ਜਦੋਂ ਫਿਰ ਉਹ ਸਵਾਲ ਕੀਤਾ ਜੀ, ਲੇਖ ਹੀ ਨਹੀਂ ਮਿਟਦੇ ਅਤੇ ਗੁਰੂ ਘਰ ਆਉਣ ਦਾ ਲਾਭ ਕੀ? ਆਹਾ ਹਾ, ਗੁਰੂ ਅਰਜਨ ਦੇਵ ਜੀ ਨੇ ਕੀ ਜਵਾਬ ਦਿੱਤਾ? ਮਹਾਰਾਜ ਕਹਿੰਦੇ, ਜੋ ਰਾਗੀ ਸਿੰਘ ਪੜ੍ਹ ਲਏ ਉਹ ਵੀ ਠੀਕ ਹੈ, ਲੇਖ ਨਹੀਂ ਮਿਟਦੇ, ਪਰ ਗੁਰੂ ਘਰ ਆਉਣ ਦਾ ਇਹ ਲਾਭ ਹੈ ਜੇ ਅੰਦਰੋਂ ਨਿਮਾਣੇ ਹੋ ਕੇ ਕਹੀਏ ਮਹਾਰਾਜ ਬਖਸ਼ ਲੈ ਬਖਸ਼ ਲੈ, ਸਾਡੇ ਮੰਦੇ ਲੇਖ ਗੁਰੂ ਰਾਮਦਾਸ ਸੁਪਨੇ 'ਚ ਕੱਟ ਦਿੰਦੇ। ਆਖੋ ਸਤਨਾਮ। ਸਤਿ ਸ੍ਰੀ ਅਕਾਲ। ਮਹਾਰਾਜ ਸੁਪਨੇ 'ਚ ਕੱਟ ਦਿੰਦੇ। ਦੱਸ ਕੀ ਵੇਖਿਆ? ਗੁਰੂ ਅਰਜਨ ਸਾਹਿਬ ਕਹਿੰਦੇ, ਦੱਸ ਕੀ ਵੇਖਿਆ ਜੀ ਰਾਤੀ? ਕਹਿੰਦਾ ਜੀ, ਭੀਲਾਂ ਘਰ ਜਨਮ ਲਿਆ, 12 ਸਾਲ ਦਾ ਕਾਲ ਪਿਆ ਅਤੇ ਦਰਖਤ 'ਤੇ ਚੜ੍ਹ ਕੇ ਪੀਲੂ ਖਾ ਰਿਹਾ, ਟਾਂ ਟੁੱਟਾ ਡਿੱਗਾਂ ਅਤੇ ਮੌਤ ਹੋਈ, ਜੰਮ ਲੈਣ ਆ ਗਏ। ਇਤਿਹਾਸ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ, ਇਹ ਜੋ ਸੁਪਨੇ 'ਚ ਵੇਖਿਆ ਸੀ ਤੂੰ ਅਗਲਾ ਜਨਮ ਲੈਣਾ ਸੀ, ਪੀਲਾਂ ਘਰ ਕਾਲ ਪੈਣਾ ਸੀ, ਪੀਲੂ ਖਾਣੇ ਸੀ, ਇਹ ਗੁਰੂ ਰਾਮਦਾਸ ਦੇ ਘਰ ਨਿਮਰਤਾ ਵਿੱਚ ਆਇਆ ਅਤੇ ਉਹ ਸਾਰਾ ਜਨਮ ਤੇਰਾ ਸੁਪਨੇ 'ਚ ਕੱਟਿਆ ਗਿਆ, ਨਿਰੰਕਾਰ ਦਾ ਲਿਖਿਆ ਵੀ ਪੂਰਾ ਹੋ ਗਿਆ, ਤੈਨੂੰ ਕਸ਼ਟ ਵੀ ਨਹੀਂ ਆਇਆ ਕਿ ਜਗਾਰਾ ਦਿਓ ਪਿਆਰ ਦੇ ਨਾਲ। ਸੋ ਨਿਹਾਲ ਸ੍ਰੀ ਅਕਾਲ। ਇਸ ਕਰਕੇ ਇਹ ਚੀਜ਼ਾਂ ਸੰਗਤ ਤੋਂ ਬਾਹਰੋਂ ਨਹੀਂ ਮਿਲਦੀਆਂ, ਇਹ ਸੰਗਤ 'ਚ ਆ ਕੇ ਮਿਲਦੀਆਂ। ਨਹੀਂ ਆਮ ਬੰਦਾ ਤੁਸੀਂ ਵੇਖੋ ਦਮ ਮਾਰਦਾ, ਪਤਾ ਲੱਗਾ ਜੀ ਇੰਝ ਉਹਦਾ ਹੁਕਮ ਹੈ ਜੀ, ਇਹ ਤਾਂ ਦਮ ਹੈ, ਪਰਚਾ। ਹਰ ਵੇਲੇ ਬਖਸ਼ੀਸ਼ ਮੰਗਿਆ ਕਰੋ, ਆਖੋ ਸਤਨਾਮ। ਹਰ ਵੇਲੇ ਬਖਸ਼ੀਸ਼ ਟੈਪੋ, ਮੈਂ ਤੇਰਾ ਮੇਰੇ ਹੱਥ ਖੜੇ, ਕਿਸੇ ਤਰ੍ਹਾਂ ਦਾ ਵੀ ਤੂੰ ਗ੍ਰਿਸਤੀ ਆ, ਸਾਰੇ ਹੀ ਉਤਾਰ ਚੜ੍ਹਾ ਆਉਂਦੇ। ਇਹ ਗੱਲ ਮੈਨੂੰ ਪਤਾ ਨਹੀਂ ਸੁਣਾਉਣੀ ਚਾਹੀਦੀ ਕਿ ਨਹੀਂ, ਹੈ 20-20 ਸਾਲਾਂ ਦੀ ਗੱਲ ਹੈ, 18-20 ਸਾਲ ਮੇਰੇ ਆਪਣੇ ਬੱਚੇ ਨੂੰ ਪੀਲੀਆ ਹੋ ਗਿਆ, ਤੁਹਾਨੂੰ ਪਤਾ ਪੀਲੀਆ ਫਸ ਜਾਂਦਾ, ਅੰਗਰੇਜ਼ੀ ਦਵਾਈਆਂ ਦਿੰਦੇ ਹਾਂ ਉਹ ਵੱਧਦਾ, ਸੋ ਕੋਈ ਕਹਿੰਦਾ ਆਯੁਰਵੈਦਿਕ ਦਿਓ, ਕੋਈ ਕਹਿੰਦਾ ਦੇਸੀ ਦਿਓ, ਪੀਲੀਏ ਦਾ ਅੰਗਰੇਜ਼ੀ ਦਵਾਈ ਜਿਹੜੀ ਉਹ ਡਾਕਟਰ ਨਹੀਂ ਬਣਦੇ, ਉਹ ਦਿੰਦੇ ਆ, ਪਰ ਉਹ ਗਰਮ ਹੁੰਦੀਆਂ ਹੋਰ ਵੱਧਦਾ, ਉਹਨੂੰ ਕਹਿੰਦੇ ਫਸ ਗਿਆ ਵੀ ਦਵਾਈ ਦਿਓ ਤਾਂ ਵੱਧਦਾ, ਨਾ ਦਿਓ ਤਾਂ ਵੀ ਮੁਸ਼ਕਲ, ਦੇਸੀ ਦਿਓ ਤਾਂ ਕੋਈ ਕਲਾ ਹੀ ਵਰਤ ਜੇ। 3 ਮਹੀਨੇ, ਇਹ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ ਪਰ ਮੈਂ ਇੱਕ ਗੱਲ ਕਰ ਰਿਹਾ, 3 ਮਹੀਨੇ ਮੈਂ ਘੁਲਦਾ ਰਿਹਾ, ਕਦੀ ਕਿਸੇ ਹੋਸਪਿਟਲ, ਕਦੀ ਕਿਤੇ, ਕਦੀ ਕਿਵੇਂ, ਕਦੀ 20 'ਤੇ ਹੋ ਜੇ ਪੁਆਇੰਟ, ਕਦੀ 18 'ਤੇ ਆ ਜੇ, ਫਿਰ 24 'ਤੇ ਹੋ ਜੇ, ਚਾਹੀਦਾ ਅੱਧਾ ਪੁਆਇੰਟ ਹੈ ਸਾਰਾ। ਇੱਕ ਤੁਹਾਡੇ ਵਰਗਾ ਸੱਜਣ ਮੈਨੂੰ ਮਿਲਿਆ, ਬੜਾ ਦਾਸ ਹੈ, ਮੈਂ ਕਿਹਾ ਜੀ ਇਸ ਤਰ੍ਹਾਂ ਇਹ ਜੀ, ਮੈਨੂੰ ਕਹਿਣ ਲੱਗੇ ਜਪਜੀ ਸਾਹਿਬ ਦੀ ਹਾਜ਼ਰੀ ਲਾ ਕੇ ਨਾ, ਕਹਿੰਦੇ ਦਰਬਾਰ ਸਾਹਿਬ ਮੁੰਡੇ ਨੂੰ ਵੀ ਲੈ ਜਾ ਅਤੇ ਆਪ ਵੀ ਚੱਲ ਜਾ, ਅਤੇ ਜਾ ਕੇ ਨਾ ਬਸ ਹੱਥ ਖੜ੍ਹੇ ਕਰ ਦੇ, ਗੁਰੂ ਰਾਮਦਾਸ ਜੀ ਨੂੰ ਇੰਨਾ ਹੀ ਕਹਿ ਦੇ, ਗੁਰੂ ਰਾਮਦਾਸ ਜੀ ਮੇਰੇ ਹੱਥ ਖੜ੍ਹੇ ਕੋਈ ਦਮ ਨਹੀਂ, ਆਖੋ ਸਤਨਾਮ, ਮੇਰੇ ਹੱਥ ਖੜ੍ਹੇ ਹੈ।
ਕੋਈ ਦਮ ਨਹੀਂ। ਗੁਰੂ ਰਾਮਦਾਸ ਜੀ ਮੇਰੇ ਹੱਥ ਖੜੇ ਆ, ਤੁਸੀਂ ਹੁਣ ਕਿਰਪਾ ਕਰਦੇ ਹੋ, ਮੈਨੂੰ ਕਹਿੰਦੇ ਚੌੜੀ ਪੌੜੀ ਵਾਲੇ ਬੰਨੇ ਜਾਈ ਅਤੇ ਲਾਡ ਚ ਅਰਦਾਸ ਕਰ ਦੇਈ, ਗੁਰੂ ਰਾਮਦਾਸ ਮੇਰੇ ਹੱਥ ਖੜੇ 3 ਮਹੀਨੇ ਹੋ ਗਏ ਆ, ਕਿਰਪਾ ਕਰ ਦਿਓ ਜਿਉਂ ਜਿਉਂ ਚੌੜੀ ਪੌੜਿਆਂ ਵਾਲੇ ਬੰਨਿਓ, ਇੱਕ ਇੱਕ ਪੌੜੀ ਉਤਰਾਂ ਤਿਉਂ ਤਿਉਂ ਪੀਲੀਆ ਉਤਾਰ ਦਿਓ। ਫਿਰ ਕਹਿੰਦੇ ਦੁੱਖ ਭਾਈ ਨਹੀਂ, ਮੇਰੀ ਇਸ਼ਨਾਨ ਅੰਦਰ ਦੇਖ ਕਰਾ ਕੇ ਨਿਮਰਤਾ 'ਚ ਅਰਦਾਸ, ਅਤੇ ਇੰਝ ਹੱਥ ਖੜੇ ਕਰਦੇ ਵੀ ਮੇਰੇ ਵੱਸ ਨਹੀਂ। ਯਕੀਨ ਜਾਣਿਓ ਮੈਂ ਇਸ ਤਰ੍ਹਾਂ ਹੀ ਸਿਲੰਡਰ ਹੱਥ ਖੜੇ, ਮੈਂ ਕਿਹਾ ਮਹਾਰਾਜ ਹੁਣ ਬਖਸ਼ਿਸ਼ ਦੇ ਖਾਤੇ 'ਚੋਂ ਹੀ ਕਿਰਪਾ, ਜੇ ਦਮ ਮਾਰੀ ਜਾਓ ਕੋਈ ਨਹੀਂ ਪਾਉਣਾ ਜੀ। ਉਹ ਕਹਿੰਦੇ ਆ ਜਾ ਮੈਦਾਨ 'ਚ, ਫਿਰ ਆਖੋ ਸਤਨਾਮ। ਜੇ ਆਪਾਂ ਮਾਣਨਾ ਕਹਿੰਦੇ ਹਾਂ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ, ਫਿਰ ਇਹ ਚੀਜ਼ਾਂ ਮੰਗੋ। ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਮੇਰੇ 'ਤੇ ਵੀ ਕਿਰਪਾ ਕਰ। ਉਹ ਜਦੋਂ ਫਿਰ ਹੱਥ ਖੜੇ ਇਸ ਤਰ੍ਹਾਂ, ਉਹਨੇ ਆਪਣੀ ਬਖਸ਼ਿਸ਼ ਤੋਂ ਕਲਾ ਵਰਤਾ ਤੀ, ਆਖੋ ਸਤਨਾਮ। ਉਹ ਸਿੱਧਾ ਕੰਮ ਪਾਵੇ ਤਾਂ ਸਿੱਧਾ ਆਉਣਾ ਸ਼ੁਰੂ ਹੋ ਜਾਂਦਾ, ਸਾਰਾ ਕੰਮ ਹੀ ਫਿਰ ਸਿੱਧਾ ਹੋ ਜਾਂਦਾ। ਅਤੇ ਜਿੰਨੇ ਮਾਈ ਭਾਈ ਬੈਠੇ ਹੋ, ਮੈਂ ਲੰਬਾ ਨਾ ਜਾਵਾਂ, ਵੀਰ ਜੀ ਅਮਨਦੀਪ ਸਿੰਘ ਜੀ ਨੇ ਵੀ ਆਪ ਜੀ ਦੇ ਥੋੜ੍ਹਾ ਚਿਰ ਦਰਸ਼ਨ ਕਰਨੇ ਨੇ। ਇੱਕ ਵਾਰੀ ਇਹ ਗਗਨਜੋਤ ਸਿੰਘ, ਬੀਬੀ ਕੋਲਾ ਜੀ ਸੇਵਾ ਸਿਮਰਨ ਸੁਸਾਇਟੀ ਮਿਗਲਾਨੀ ਜੀ, ਤੁਸੀਂ ਸਾਰੇ, ਮਾਤਾ ਸੰਤੋਖ ਕੌਰ, ਸਾਰੇ ਜਲੰਧਰ ਦੇ ਰਾਜੂ ਵੀਰ ਜੀ ਪ੍ਰਬੰਧਕ, ਬਹੁਤ ਪਿਆਰ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਹਰ ਸਾਲ ਦਿਹਾੜਾ ਮਨਾਉਂਦੇ ਹੋ, ਇੱਕ ਵਾਰੀ ਇਹ ਬੋਲੋ ਸਾਰੇ ਜੀ, ਮੇਰੀ ਵੀ ਅਰਦਾਸ ਕਰਿਓ, ਸੱਚਿਆ ਪਾਤਸ਼ਾਹ ਇੱਕ ਇੱਕ ਪਲ ਤੂੰ ਨਾਲ ਨਾ ਚੱਲੇ ਅਤੇ ਚੱਲਣਾ ਔਖਾ, ਆਖੋ ਸਤਨਾਮ। ਬਖਸ਼ਿਸ਼ ਦੇ ਖਾਤੇ 'ਚੋਂ ਵਰ ਕੇ ਪਾੜ ਦਈ ਮਹਾਰਾਜ। ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰਦਾਸ ਜੀ ਬਖਸ਼ ਲੈ। ਸੰਗਤ ਬੋਲੇ ਗੁਰੂ ਅਮਰ। ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰ ਵਾਹਿਗੁਰੂ 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 ਵਾਹਿਗੁਰੂ। ਜੇ ਪੁੱਲੀ ਜੇ ਚੁੱਕੀ ਸਾਈਂ, ਪੀ ਤਹਿੰਜੀ ਕਾਢੀਆਂ, ਜਿਨ੍ਹਾਂ ਨੇ ਹੋ ਦੂ ਜਾਣੇ ਲੱਗਾ, ਚੂਰ ਮਰੋ ਸੇ ਵਾਡੀਆਂ, ਹੋ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ, ਇਹ ਮਹਿੰਜਾ ਆਸਰਾ। ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰਦਾਸ ਜੀ ਸਾਰੀ ਸੰਗਤ ਦਾਸ ਲਈ ਗੁਰੂ ਅਮਰ। ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰਦਾਸ ਜੀ ਬਖਸ਼ ਲੈ, ਗੁਰੂ ਅਮਰ। ਆਹ
ਰੱਖਣ ਹਾਰੇ ਏ ਕਰੇ ਅਰ ਬਹੁ ਸੰਤਾਵੇ ਆਇਓ ਸ਼ਰਨ ਤੁਹਾਰੇ ਗੁਰੂ ਅਮਰਦਾਸ ਜੀ ਬੋਲੇ ਗੁਰੂ ਅਮਰ ਬੋਲੇ ਸੋਨੇ ਦਾ ਸ੍ਰੀ ਅਕਾਲ ਸੰਗਤ ਇਸ ਤਰ੍ਹਾਂ ਟਿਕੀ ਰਵੇ ਜੀ ਬਹੁਤਾ ਟਾਈਮ ਨਹੀਂ ਲਾਉਣਾ ਵੀਰ ਜੀ ਨੇ ਸਿਰਫ ਕੁਝ ਮਿੰਟ ਦਰਸ਼ਨ ਇੱਕ ਆ ਚਿੱਪ ਹੈ ਜੀ ਇਹ 550 ਸਾਲਾਂ ਨੂੰ ਸਮਰਪਿਤ ਬਣਾਈ ਹੈ ਚਾਰ ਵਾਰੀ ਵਾਹਿਗੁਰੂ ਦੋ ਵਾਰੀ ਧੰਨ ਗੁਰੂ ਨਾਨਕ ਇਹ ਸਾਰੀ ਦਿਹਾੜੀ ਸਾਰੀ ਰਾਤ ਤੁਹਾਡੇ ਘਰ ਜਾਪ ਚੱਲ ਸਕਦਾ ਬਾਹਰ ਸਟਾਲ 'ਤੇ ਲੱਗੀ ਹੈ ਦੋ ਜਾਪ ਹੋਰ ਵੀ ਨੇ ਤੁਸੀਂ ਭਾਵੇਂ ਘੰਟਾ ਚਲਾਓ ਅੱਧਾ ਘੰਟਾ ਇਹ ਕਿਤਾਬ ਨੌਵੀਂ ਵਿਰਲੇ ਕਹੀ ਕੇ ਅਰਦਾਸ ਵਿੱਚ ਜੋ ਹੱਠੀਆਂ ਜੱਪੀਆਂ ਤੱਪੀਆਂ ਨਾਮ ਜਪਿਆ ਵੰਡ ਛਕਿਆ ਇਹ 13 ਗੁਣ ਉਹਦੇ ਆਧਾਰਿਤ 'ਤੇ ਸਾਰੀ ਜਲੰਧਰ ਦੀ ਸੰਗਤ ਨੂੰ ਗਗਨਜੋਤ ਸਿੰਘ ਜੀ ਮਿਗਲਾਨੀ ਜੀ ਸਹਿਯੋਗੀਆਂ ਨੂੰ ਬਹੁਤ ਬਹੁਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਗਮਨ ਦਿਹਾੜੇ ਦੀਆਂ ਵਧਾਈਆਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ ਆਪਣੀ ਬਖਸ਼ਿਸ਼ ਦੇ ਖਾਤੇ 'ਚੋਂ ਸਾਨੂੰ ਨਿਭਾ ਦੇਣ ਸਾਡੀ ਨਿਭ ਜਾਵੇ ਪਿਆਰੇ ਦੇ ਨਾਲ ਹਾਂ ਅੰਮ੍ਰਿਤ ਸੰਚਾਰ ਦੀਆਂ ਵੀ ਵਧਾਈਆਂ ਬਹੁਤ ਕਿਰਪਾ ਪੰਜ ਵਾਰੀ ਵਾਹਿਗੁਰੂ ਕਹਿ ਕੇ ਸੀਸਾਂ ਦੇ ਦਿਓ ਜੀ ਨਿਭ ਜੇ ਪਿਆਰੇ ਨਾਲ ਵਾੜ ਲੱਗੀ ਰਵੇ ਦਿਓ ਸੀਸਾਂ ਵਾਹਿਗੁਰੂ 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 ਭਾਈ ਅਮਨਦੀਪ ਸਿੰਘ ਜੀ ਇਹਨਾਂ ਸਾਜਾਂ 'ਤੇ ਕੁਝ ਸਮਾਂ ਆਪ ਜੀ ਦੇ ਦਰਸ਼ਨ ਸੰਗਤ ਟਿਕਾਓ 'ਚ ਪਿਆਰ ਬਖਸ਼ੇ ਬਹੁਤ ਸਫ਼ਰ ਕਰਕੇ ਆਏ ਨੇ ਕਿਰਪਾ ਕੀਤੀ ਹਾਂਜੀ ਬੇਅੰਤ ਪਾਠ ਜਪਜੀ ਸਾਹਿਬ ਬੇਅੰਤ ਵਾਹਿਗੁਰੂ ਜਾਪ ਸੰਗਤ ਨੇ ਹਾਜ਼ਰੀਆਂ ਲਾਈਆਂ ਇਹ ਅਰਦਾਸ ਵਿੱਚ ਸਾਰਾ ਬੋਲਿਆ ਜਾਏਗਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ